ਇਸ ਪੀੜਤ ਪਰਿਵਾਰ ਦੀ ਅਸੀਂ ਗੱਲ ਸਹੀ ਮੰਨੀਏ, ਸੱਚ ਮੰਨੀਏ ਤਾਂ ਮਾਈ ਵੀਜ਼ਾ ਪੁਆਇੰਟ SEO 3132 ਸੈਕਟਰ 22 ਚੰਡੀਗੜ੍ਹ ਦਾ ਮਾਲਕ ਹੈ ਨੀਰਜ ਭੱਲਾ। ਇਹ ਨੌਜਵਾਨ ਜਿਹੜਾ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋਇਆ ਅਸੀਮ ਜਈਆ, ਥਾਣਿਆਂ ਦੇ ਚੱਕਰ ਕੱਟ ਰਿਹਾ। ਅੱਜ ਵੀ ਇਹ DSP ਜਿਹੜੇ ਚੰਡੀਗੜ੍ਹ ਦੇ ਹੈਗੇ ਨੇ ਗੁਰਮੁਖ ਸਿੰਘ, ਉਹਨਾਂ ਨੂੰ ਮਿਲ ਕੇ ਆਏ ਨੇ। ਮੈਂ ਇਹਨਾਂ ਕੋਲ ਸਟੱਡੀ ਵੀਜ਼ਾ ਲਵਾਉਣ ਵਾਸਤੇ ਜਾਂਦਾ, ਜੋ ਕਿ ਮੈਨੂੰ ਇਹਨਾਂ ਇਸ਼ੂ ਕਰ ਲਿਆ ਕਿ ਆਪਾਂ ਚੱਲ ਤੂੰ ਉੱਥੇ ਸਟੱਡੀ ਤਾਂ ਕਰਨੀ ਨਹੀਂ, ਮੁੜ ਕੇ ਤੂੰ ਵਰਕ ਪਰਮਿਟ ਵੱਲ ਚੱਲ ਜਾ। ਤੋਂ ਬਾਅਦ 'ਚ ਇਹਨੇ ਮੈਨੂੰ ਕਹਿੰਦੇ ਕਿ ਤੁਸੀਂ ਮੁਕਤਾ ਹੋਮ ਕੇਅਰ ਦੇ ਜੁਆਇਨ ਹੀ ਕਰ ਲਓ, ਜੋ ਕਿ ਉੱਥੇ ਤੁਹਾਨੂੰ ਅਸਿਸਟੈਂਟ ਮੈਨੇਜਰ ਦੇ ਕੰਮ ਦਿੱਤਾ ਜਾਵੇਗਾ। ਕਿਹੜੇ ਮੁਲਕ ਦੇ ਵਿੱਚ? UK ਵਿੱਚ, ਇੰਗਲੈਂਡ ਵਿੱਚ ਕੰਮ ਜੁਆਇਨ ਕਰਨਾ ਸੀਗਾ, ਜੋ ਕਿ ਉੱਥੇ ਕੰਪਨੀ ਰਜਿਸਟਰਡ ਹੈ ਨਹੀਂ ਸੀਗੀ। 23 ਲੱਖ ਰੁਪਏ ਮੰਗਿਆ ਸੀ, ਜੋ ਕਿ ਬਾਅਦ ਇੱਕ ਘੁੰਮ ਪਵਾ ਕੇ 25 ਲੱਖ 'ਤੇ ਗੇਮ ਪਹੁੰਚ ਗਈ ਸੀਗੀ ਜੀ। ਤੁਹਾਡੀ ਵੀ ਕੋਈ ਜ਼ਮੀਨ ਜਾਇਦਾਦ ਵੇਚਣੀ ਪਈ ਉੱਥੇ ਖਰਚਾ ਦੇਣ ਲਈ? ਅਸੀਂ ਜੀ ਸਾਰਾ ਕੁਛ ਹੀ ਇਹਦੇ ਪਿੱਛੇ ਬਰਬਾਦ ਕਰ ਲਿਆ, ਸਾਨੂੰ ਕੁਛ ਨਹੀਂ ਸਾਡੇ ਕੋਲ ਰਹਿ ਗਿਆ। ਕੋਈ ਉਹ ਕੰਪਨੀ, ਉਸ ਮੁਕਤਾ ਹੋਮ ਕੇਅਰ ਨਾਂ ਦੀ ਕੋਈ ਕੰਪਨੀ ਨਹੀਂ ਸੀਗੀ ਉੱਥੇ। ਮੈਂ ਨੀਰਜ ਭੱਲੇ ਨੂੰ ਮਿੰਨਤਾਂ ਕਰੀ ਆ ਵੀ ਮੇਰਾ ਭਾਂਜਾ ਹੈ, ਇਹਨੂੰ ਨਾ ਪਰੇਸ਼ਾਨ ਕਰ, ਇਹਨੂੰ ਕੰਪਨੀ ਵਾਲਿਆਂ ਨਾਲ ਗੱਲ ਕਰਕੇ ਜੋਬ ਦਵਾ। ਪਰ ਉਸ ਬੰਦੇ ਨੇ 1.5-2 ਮਹੀਨੇ ਉਹਨੂੰ ਫੋਨ ਕਰ ਦੇਣੇ, ਕੋਈ ਇਨਸਾਫ਼ ਨਹੀਂ ਦਿੱਤਾ ਉਹਨੇ। ਅਤੇ 1.5 ਮਹੀਨਾ ਇਹ ਖੱਜਲ ਖੁਆਰ ਹੋ ਕੇ ਘਰੋਂ ਪੈਸੇ ਮੰਗਾ ਕੇ 5 ਲੱਖ ਇਹਨੇ 1.5 ਮਹੀਨੇ ਵਿੱਚ ਘਰੋਂ ਮੰਗਾ ਕੇ ਅਤੇ ਆਪਣਾ ਗੁਜ਼ਾਰਾ ਕੀਤਾ। ਸੋ ਅਕਸਰ ਤੁਹਾਡੇ ਸਾਹਮਣੇ ਅਜਿਹੇ ਵੀਡੀਓ ਆਉਂਦੇ ਰਹਿੰਦੇ ਨੇ, ਜਿਸ 'ਚ ਇਹ ਦੇਖਦੇ ਹੋ ਕਿ ਕਿਵੇਂ ਜਿਹੜੇ ਬਾਹਰ ਜਾਣ ਦੇ ਇੱਛੁਕ ਨੌਜਵਾਨ ਨੇ ਕਿ ਬਾਹਰ ਜਾ ਕੇ ਅਸੀਂ ਆਪਣਾ ਭਵਿੱਖ ਬਣਾਵਾਂਗੇ, ਇਮੀਗ੍ਰੇਸ਼ਨ ਕੰਪਨੀਆਂ ਵਾਲੇ ਕਿਵੇਂ ਉਹਨਾਂ ਨਾਲ ਧੋਖਾਧੜੀ ਜਿਹੜਾ ਹੈਗਾ ਕਰ ਲੈਂਦੇ ਨੇ। ਇੱਕ ਪੰਜਾਬ ਦਾ ਹੀ ਤੁਹਾਨੂੰ ਅੱਜ ਅਜਿਹਾ ਕਿੱਸਾ ਆਪਾਂ ਦਿਖਾ ਰਹੇ ਹਾਂ। ਅਤੇ ਇਮੀਗ੍ਰੇਸ਼ਨ ਵਾਲਾ ਕੌਣ ਹੈ, ਕਿਉਂਕਿ ਚੰਡੀਗੜ੍ਹ ਭਰਿਆ ਪਿਆ ਇਮੀਗ੍ਰੇਸ਼ਨ ਵਾਲਿਆਂ, ਅਤੇ ਕਈ ਅਜਿਹੇ ਵੀ ਨੇ ਜਿਹੜੇ ਅਕਸਰ ਲੋਕਾਂ ਨਾਲ ਧੋਖਾ ਕਰਦੇ ਨੇ। ਇਮੀਗ੍ਰੇਸ਼ਨ ਵਾਲਾ ਹੈਗਾ ਜੀ ਮਾਈ ਵੀਜ਼ਾ ਪੁਆਇੰਟ SEO 3132 ਸੈਕਟਰ 22 ਚੰਡੀਗੜ੍ਹ ਦਾ ਮਾਲਕ ਹੈ ਨੀਰਜ ਭੱਲਾ। ਔਰ ਜੇਕਰ ਇਸ ਪੀੜਤ ਪਰਿਵਾਰ ਦੀ ਅਸੀਂ ਗੱਲ ਸਹੀ ਮੰਨੀਏ, ਸੱਚ ਮੰਨੀਏ ਤਾਂ 30 ਲੱਖ ਰੁਪਏ ਇਹ ਬੀਤੇ ਸਾਲ 1 ਮਹੀਨੇ ਵਿੱਚ 2023 ਦੇ ਵਿੱਚ ਆਪਾਂ ਕਹੀਏ ਜੁਲਾਈ ਤੋਂ ਅਗਸਤ ਦੇ ਦੌਰਾਨ ਇਹਨਾਂ ਦੇ ਖਰਚ ਹੋ ਗਏ। ਉਸ ਤੋਂ ਬਾਅਦ ਇਹ ਨੌਜਵਾਨ ਜਿਹੜਾ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋਇਆ ਅਸੀਮ ਜਈਆ, ਥਾਣਿਆਂ ਦੇ ਚੱਕਰ ਕੱਟ ਰਿਹਾ। ਅੱਜ ਵੀ ਇਹ DSP ਜਿਹੜੇ ਚੰਡੀਗੜ੍ਹ ਦੇ ਹੈਗੇ ਨੇ ਗੁਰਮੁਖ ਸਿੰਘ, ਉਹਨਾਂ ਨੂੰ ਮਿਲ ਕੇ ਆਏ ਨੇ। ਮਾਜਰਾ ਕੀ ਆ ਸਾਰਾ ਇਹਨਾਂ ਤੋਂ ਹੀ ਜਾਣਦੇ ਹਾਂ। ਸੋ ਅਸੀਮ, ਇਹ ਕਹਾਣੀ ਕਦੋਂ ਸ਼ੁਰੂ ਹੁੰਦੀ ਹੈ, ਹੋਇਆ ਕੀ ਤੁਹਾਡੇ ਨਾਲ? ਇਹ ਕਹਾਣੀ ਫਰਵਰੀ ਤੋਂ ਸ਼ੁਰੂ ਹੁੰਦੀ ਹੈ ਜੀ, ਜੋ ਕਿ ਮੈਂ ਇਹਨਾਂ ਕੋਲ ਪਹਿਲਾਂ ਫਰਵਰੀ ਕਿਹੜਾ 2023 2023 ਜੀ, ਮੈਂ ਇਹਨਾਂ ਕੋਲ ਸਟੱਡੀ ਵੀਜ਼ਾ ਲਵਾਉਣ ਵਾਸਤੇ ਜਾਂਦਾ, ਜੋ ਕਿ ਮੈਨੂੰ ਇਹਨਾਂ ਇਸ਼ੂ ਕਰ ਲਿਆ ਕਿ ਆਪਾਂ ਚੱਲ ਤੂੰ ਉੱਥੇ ਸਟੱਡੀ ਤਾਂ ਕਰਨੀ ਨਹੀਂ, ਮੁੜ ਕੇ ਤੂੰ ਵਰਕ ਪਰਮਿਟ ਵੱਲ ਚੱਲ ਜਾ। ਮੁੜ ਕੇ ਮੈਂ ਵਰਕ ਪਰਮਿਟ ਵੱਲ ਚੱਲ ਗਿਆ ਅਤੇ ਇਹਨਾਂ ਨੇ ਮਤਲਬ ਕਿਹਾ ਕਿ 1.5 ਤੋਂ 2.75 ਲੱਖ ਰੁਪਏ ਤੁਹਾਡਾ ਖਰਚਾ ਵਧੂਗਾ। ਮੁੜ ਕੇ ਨਾ ਮੇਰਾ ਜੋ ਕਿ PG ਟੈਸਟ ਕਲੀਅਰ ਕਰਾਇਆ ਚੰਡੀਗੜ੍ਹ ਵਿਖੇ, ਉਸ ਤੋਂ ਬਾਅਦ ਮੈਂ ਹਾਲੀ ਟੈਸਟ ਦਿੱਤਾ ਜੋ ਕਿ ਸੈਕਟਰ 22 ਦੇ ਵਿੱਚ ਪੇਪਰ ਦਿੱਤਾ ਗਿਆ। ਉਸ ਤੋਂ ਬਾਅਦ ਮੈਂ ਇਹਨਾਂ ਨੇ ਮਤਲਬ ਮੇਰਾ ਵੀਜ਼ਾ ਲਿਆ ਕੇ ਦਿੱਤਾ ਕਿ ਜੋ ਕਿ ਮੈਨੂੰ ਜੋ ਕੰਪਨੀ ਦਿੱਤੀ ਸੀਗੀ ਮੁਕਤਾ ਹੋਮ ਕੇਅਰ, ਉੱਧਰ ਹੈ ਨਹੀਂ ਸੀਗੀ। ਅਤੇ ਮੈਂ ਉਸ ਤੋਂ ਬਾਅਦ ਕੰਟੈਕਟ ਕੀਤਾ ਕਿ ਜੋ ਕਿ ਇਹਨਾਂ ਨੇ ਇਸ ਤੋਂ ਬਾਅਦ ਫੋਨ ਨਹੀਂ ਮੇਰਾ ਚੱਕਿਆ। ਉਸ ਤੋਂ ਬਾਅਦ ਮੈਂ ਬਹੁਤ ਪਰੇਸ਼ਾਨ ਹੋ ਗਿਆ ਕਿ ਉਸ ਤੋਂ ਬਾਅਦ ਮੇਰੇ ਘਰਦੇ ਮੇਰਾ ਖਰਚਾ ਝੱਲ ਨਹੀਂ ਸਕੇ। ਉਸ ਤੋਂ ਬਾਅਦ ਮੈਨੂੰ ਘਰ ਵਾਪਸ ਪਰਤਣਾ ਪੈ ਗਿਆ ਜੀ। ਇਸ ਤੋਂ ਬਾਅਦ ਮੈਂ ਚਾਹੁੰਦਾ ਕਿ ਮੇਰੇ ਮਾਤਾ ਪਿਤਾ ਨੂੰ ਇਸਦਾ ਇਨਸਾਫ਼ ਦਿਵਾਇਆ ਜਾਵੇ। ਅੱਛਾ, ਇਹ ਦੱਸੋ ਬਈ ਫਰਵਰੀ 2023 ਤੁਸੀਂ ਇਹਨੂੰ ਪਹਿਲੀ ਵਾਰ ਮਿਲੇ ਸੀ, ਹਾਂਜੀ, ਤੇ ਇਹਨੇ ਤੁਹਾਨੂੰ ਕਿੱਥੇ ਭੇਜਣਾ ਸੀ, ਕਿਹੜੀ ਨੌਕਰੀ ਲਵਾਉਣੀ ਸੀ ਤੇ ਕਿੰਨਾ ਪੈਸਾ ਮੰਗਿਆ? ਇਹਨਾਂ ਨੇ ਪਹਿਲਾਂ ਮੇਰੇ ਨਾਲ ਸਟੱਡੀ ਵੀਜ਼ਾ ਗੱਲ ਹੋਈ ਸੀਗੀ, ਜੋ ਕਿ ਬਾਅਦ 'ਚ ਇਹਨੇ ਮੈਨੂੰ ਕਹਿੰਦੇ ਕਿ ਤੁਸੀਂ ਮੁਕਤਾ ਹੋਮ ਕੇਅਰ ਦੇ ਜੁਆਇਨ ਹੀ ਕਰ ਲਓ, ਜੋ ਕਿ ਉੱਥੇ ਤੁਹਾਨੂੰ ਅਸਿਸਟੈਂਟ ਮੈਨੇਜਰ ਦੇ ਕੰਮ ਦਿੱਤਾ ਜਾਵੇਗਾ। ਕਿਹੜੇ ਮੁਲਕ ਦੇ ਵਿੱਚ? UK ਵਿੱਚ, ਇੰਗਲੈਂਡ ਵਿੱਚ। ਅੱਛਾ, ਉਸ ਤੋਂ ਬਾਅਦ ਮੈਂ ਹੈਰੋ ਕੰਪਨੀ ਵਿੱਚ ਕੰਮ ਜਾਂ ਜੁਆਇਨ ਕਰਨਾ ਸੀਗਾ, ਜੋ ਕਿ ਉੱਥੇ ਕੰਪਨੀ ਰਜਿਸਟਰਡ ਹੈ ਨਹੀਂ ਸੀਗੀ। ਪੈਸਾ ਕਿੰਨਾ ਮੰਗਿਆ ਇਹਨਾਂ ਨੇ? ਇਹਨਾਂ 23.5 ਲੱਖ ਰੁਪਏ ਮੰਗਿਆ ਸੀ, ਜੋ ਕਿ ਬਾਅਦ ਇੱਕ ਘੁੰਮ ਘੁਆ ਕੇ 25 ਲੱਖ 'ਤੇ ਗੇਮ ਪਹੁੰਚ ਗਈ ਸੀਗੀ ਜੀ। ਤੇ ਕਿੰਨਾ ਕਿੰਨਾ ਤੁਸੀਂ ਪੈਸਾ ਦਿੱਤਾ, ਕਿਸ ਤਰ੍ਹਾਂ ਦਿੱਤਾ ਇਹਨਾਂ ਨੇ? 6 ਲੱਖ ਦੀ ਇੱਕ ਚੈੱਕ ਰਾਹੀਂ ਦਿੱਤਾ, ਬਾਕੀ ਇਹਨਾਂ ਕੋਲ ਵਾਈਟ ਮਨੀ ਸੀਗੀ, ਪਰ ਇਹ ਕਹਿੰਦੇ ਅਸੀਂ ਕੈਸ਼ ਹੀ ਲੈਣਾ। ਅੱਛਾ, ਹਾਂਜੀ। ਤੇ ਫਿਰ ਜਦੋਂ ਤੁਸੀਂ ਬਾਹਰ ਪਹੁੰਚ ਗਏ ਸੀਗੇ, ਹਾਂਜੀ, ਉੱਥੇ ਜਾ ਕੇ ਤੁਹਾਡੇ ਨਾਲ ਕੀ ਹੋਇਆ UK ਜਾ ਕੇ?
ਕਿਉਂਕਿ ਜਦੋਂ ਮੈਂ ਪਹਿਲੇ ਦਿਨ ਮਤਲਬ ਇਹ ਕੰਪਨੀ ਜੁਆਇਨ ਕਰਨ ਲੱਗਿਆ, ਇਸ ਤੋਂ ਬਾਅਦ ਮਤਲਬ ਏਜੰਟ ਕਹਿੰਦੇ ਕਿ BRP ਅਪਲਾਈ ਕਾਰਡ ਅਪਲਾਈ ਕਰੋ, ਉਦੋਂ ਮੈਂ ਕਾਰਡ ਅਪਲਾਈ ਕਰਕੇ ਮਤਲਬ ਦੁਬਾਰਾ ਕੰਪਨੀ ਜਾਣ ਲੱਗਿਆ। ਉਹ ਤੋਂ ਬਾਅਦ ਉਹ ਕਹਿੰਦੇ ਤੁਹਾਡਾ ਇੱਥੇ ਨਾਮ ਹੀ ਨਹੀਂ ਹੈਗਾ ਕਿ ਕੰਪਨੀ ਉੱਥੇ ਨਾ ਇਹ ਰਜਿਸਟਰ ਨਾਮ ਹੈ ਹੀ ਨਹੀਂ ਸੀਗੀ, ਉਹ ਕੰਪਨੀ ਹੈ ਹੀ ਨਹੀਂ, ਮੌਜੂਦ ਹੀ ਨਹੀਂ ਸੀ। ਹਾਂਜੀ, ਤੇ ਫਿਰ ਤੁਸੀਂ ਕਿੱਦਾਂ ਰਹੇ UK ਦੇ ਵਿੱਚ, ਕੀ ਕੰਮ ਕੀਤਾ? ਉਸ ਤੋਂ ਬਾਅਦ ਮੈਂ ਆਪਦੇ ਪਿੰਡ ਦੇ ਮੁੰਡੇ ਕੋਲ ਚੱਲ ਗਿਆ ਸੀਗਾ। ਉਸ ਤੋਂ ਬਾਅਦ ਉਹ ਕਹਿੰਦੇ ਕਿ ਮੈਂ ਕੁਛ ਦਿਨ ਉਹਨਾਂ ਕੋਲ ਰੁਕਿਆ, ਉਸ ਤੋਂ ਬਾਅਦ ਮੈਂ ਮਤਲਬ ਚੰਡੀਗੜ੍ਹ ਉੱਧਰ ਵਾਪਿਸ ਆ ਗਿਆ ਸੀਗਾ ਹੈਰੋ 'ਚ। ਹੈਰੋ 'ਚ ਮੈਂ ਰਹਿਣ ਲੱਗ ਪਿਆ ਸੀਗਾ। ਉਸ ਤੋਂ ਬਾਅਦ ਮੇਰੇ ਮਾਂ ਬਾਪ ਤਾਂ ਮੇਰਾ ਖਰਚਾ ਨਹੀਂ ਚੱਲ ਸਕਦੇ, ਉਸ ਤੋਂ ਬਾਅਦ ਮੈਨੂੰ ਵਾਪਿਸ ਪਰਤਣਾ ਪੈ ਗਿਆ ਜੀ। ਅੱਛਾ, ਤੇ ਉਸ ਤੋਂ ਬਾਅਦ ਹੁਣ ਤੁਸੀਂ ਫਿਰ ਆ ਕੇ ਇੱਥੇ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ? ਹਾਂਜੀ, ਅਸੀਂ ਬਹੁਤ ਥਾਣੇ ਰਿਪੋਰਟ ਕਰ ਚੁੱਕੇ, ਪਰ ਸਾਡਾ ਕੋਈ ਇਸ ਚੀਜ਼ ਦਾ ਮਸਲਾ ਹੱਲ ਨਹੀਂ ਹੋ ਰਿਹਾ ਜੀ। ਅੱਛਾ, ਸੋ ਤੁਸੀਂ ਜਦੋਂ ਬੇਟੇ ਨੂੰ ਬਾਹਰ ਭੇਜਿਆ ਸੀਗਾ, ਬਾਹਰ ਭੇਜਣ ਤੋਂ ਬਾਅਦ ਕੀ ਤੁਹਾਡੀ ਵੀ ਕੋਈ ਜ਼ਮੀਨਜਦਾਦ ਵੇਚਣੀ ਪਈ ਉੱਥੇ ਖਰਚਾ ਦੇਣ ਲਈ ਇਹਨੂੰ? ਅਸੀਂ ਜੀ ਸਾਰਾ ਕੁਛ ਹੀ ਇਹਦੇ ਪਿੱਛੇ ਬਰਬਾਦ ਕਰ ਲਿਆ, ਸਾਨੂੰ ਕੁਛ ਨਹੀਂ ਸਾਡੇ ਕੋਲ ਰਹਿ ਗਿਆ। ਅੱਛਾ, ਤੇ ਕਿੰਨਾ ਕੁ ਪੈਸਾ ਤੁਸੀਂ ਦੇ ਚੁੱਕੇ ਹੋ ਹਾਲ ਤੱਕ? ਖਰਚ ਚੁੱਕੇ ਹੋ 30 ਲੱਖ ਰੁਪਈਆ ਅਸੀਂ ਖਰਚ ਚੁੱਕੇ ਹਾਂ। ਕੋਈ ਜ਼ਮੀਨ ਜ਼ਬੂਨ ਵੇਚਣੀ ਪਈ ਆਪਣੀ, ਕੁਝ ਕਰਨਾ ਪਿਆ, ਕਿੱਦਾਂ ਪੈਸਾ ਕਿੱਦਾਂ ਇਕੱਠਾ ਕੀਤਾ? ਕੋਲ ਸਾਡੀ ਬਹੁਤ ਵਿਆਜ ਬਣੀ ਪਈ ਹੈ ਰਿਸ਼ਤੇਦਾਰਾਂ ਕੋਲ, ਲੈ ਕੁਝ ਵਿਆਜ ਤੇ ਲੈ ਆੜਤ ਕੋਲੋਂ, ਹੁਣ ਸਾਡੇ ਕੋਲ ਕੁਝ ਨਹੀਂ ਆ। ਅੱਛਾ, ਤੇ ਇਹ ਜਿਹੜਾ ਏਜੰਟ ਹੈ ਜਿਹਦਰਾ ਹੀ ਭੇਜਿਆ ਸੀ, ਇਹ ਕੀ ਕਹਿੰਦਾ, ਇਹਨੂੰ ਮਿਲੇ ਹੋ ਨੀਰਜ ਭੱਲੇ ਨੂੰ? ਨੀਰਜ ਭੱਲਾ ਕੋਈ ਸੁਣਦਾ ਸੁਣਾਉਣ ਦਾ ਕੁਛ ਨਹੀਂ, ਸਾਡਾ ਗੱਲ ਸੁਣਦਾ ਇੱਕ ਵੀ, ਕਹਿੰਦਾ ਮੈਂ ਤਾਂ ਭੇਜਣਾ ਸੀ ਭੇਜਤਾ, ਹੁਣ ਅਗਰ ਕੰਪਨੀ ਨਹੀਂ ਸੀ ਬੱਚਾ ਉੱਥੇ ਕੰਮ ਹੀ ਨਹੀਂ ਕਰ ਮਿਲਿਆ ਤਾਂ ਬੱਚਾ ਕੀ ਕਰਦਾ ਉੱਥੇ। ਸੋ ਕੀ ਕਹਿੰਦੇ ਹੋ ਬੌਬੀ ਜੀ, ਇਹ ਸਾਰਾ ਘਟਨਾਕ੍ਰਮ ਜਦੋਂ ਤੁਹਾਡੀ ਜਾਣਕਾਰੀ 'ਚ ਆਇਆ, ਕਿਵੇਂ ਤੁਸੀਂ ਪੈਰਵੀ ਕੀਤੀ? ਦੇਖੋ, ਮੈਂ ਚੰਡੀਗੜ੍ਹ ਰਹਿੰਦਾ ਵਾਂ, ਔਰ ਆਏ ਦਿਨ ਇਮੀਗ੍ਰੇਸ਼ਨ ਦੇ ਮਸਲਿਆਂ ਵਿੱਚ ਵੀ ਜਾਈਦਾ, ਪਰ ਕੀ ਉਹਦਾ ਨਾਂ, ਸਾਨੂੰ ਕੀ ਪਤਾ ਸੀਗਾ ਕਿ ਮੇਰਾ ਭਾਂਜਾ ਹੀ ਇਹ, ਮੇਰਾ ਸਕਾ ਭਾਂਜਾ ਹੈਗਾ, ਇਹ ਹੀ ਸ਼ਿਕਾਰ ਹੋ ਜਾਏਗਾ ਇਮੀਗ੍ਰੇਸ਼ਨ ਏਜੰਟਾਂ ਦਾ। ਤਾਂ ਫਰਵਰੀ ਦੇ ਮਹੀਨੇ 2023 ਵਿੱਚ ਅਸੀਂ ਮਾਈ ਵੀਜ਼ਾ ਪੁਆਇੰਟ ਕੋਲ ਚਾਈ ਚਾਈ ਗਏ ਸੀਗੇ ਆਪਣੇ ਭਾਂਜੇ ਦਾ ਸਟੱਡੀ ਵੀਜ਼ਾ ਲਵਾਉਣ ਵਾਸਤੇ। ਜਦੋਂ ਸਟੱਡੀ ਵੀਜ਼ਾ ਲਵਾਉਣ ਵਾਸਤੇ ਉਹਨੇ ਸਾਰਾ ਪੈਕੇਜ ਦੱਸਤਾ ਵੀ 22 ਲੱਖ ਰੁਪਈਆ ਇਹਦਾ ਪੈਕੇਜ ਬਣਦਾ ਹੈਗਾ, 22 ਲੱਖ 'ਚ ਮੈਂ ਇਹਨੂੰ ਉੱਥੇ ਇਹਦੀ ਪਹਿਲਾਂ PT ਕਰਾਊਂਗਾ, ਉਹਦੇ ਵਿੱਚੋਂ ਫਿਰ ਇਹਦੀ ਯੂਨੀਵਰਸਿਟੀ 'ਚ ਇੰਟਰਵਿਊ ਦੇਣ ਵਾਸਤੇ ਤਿਆਰੀ ਕਰਾਊਂਗਾ। ਉਹਦੇ ਵਾਸਤੇ ਇਹਨੇ ਕਿਹਾ ਵੀ ਇਹਨੂੰ ਇੱਥੇ ਹੀ ਰਹਿਣਾ ਪਏਗਾ, ਫਿਰੋਜ਼ਪੁਰ ਤੋਂ ਇੱਥੇ ਹੀ ਇਹਨੂੰ ਥੋੜ੍ਹੇ ਦਿਨ ਰਹਿਣਾ ਪਏਗਾ ਤਾਂ ਕਿ ਇੰਟਰਵਿਊ ਦੀ ਤਿਆਰੀ ਕਰਾ ਸਕੀਏ। ਉਹਨੇ ਹੀ ਇੱਥੇ PG 22 ਸੈਕਟਰ ਵਿੱਚ ਇਹਨੂੰ ਕਮਰਾ ਲਿਆ। ਉੱਥੇ ਇਹ ਰੋਜ਼ ਉੱਥੇ ਟ੍ਰੇਨਿੰਗ ਲੈਣ ਵਾਸਤੇ ਉਹਨਾਂ ਦੇ ਦਫ਼ਤਰ ਜਾਂਦਾ ਰਿਹਾ ਮਾਈ ਵੀਜ਼ਾ ਪੁਆਇੰਟ ਦੇ। ਉੱਥੇ ਸਾਰਾ ਜਿਹੜਾ ਸਟਾਫ ਸੀਗਾ ਇਹਨੂੰ ਸਾਰੇ ਜਾਣਦੇ ਹੈਗੇ ਨੇ, ਉੱਥੇ ਮਤਲਬ ਕਿ ਉਹਨਾਂ ਕੋਲ ਟ੍ਰੇਨਿੰਗ ਲੈਂਦਾ ਸੀਗਾ, ਸਾਰੀ ਯੂਨੀਵਰਸਿਟੀ ਦੀ ਟ੍ਰੇਨਿੰਗ ਚੱਲਦੀ ਰਹੀ। ਫਿਰ ਇਹਨੇ ਕੋਈ ਸੈਟਿੰਗ ਵਾਲੀ ਇਹਦੀ PT ਕੋਈ ਜਿਹੜਾ ਕੋਰਸ ਕਰਾਉਂਦੇ ਨੇ PT ਦਾ, ਉਹ ਅੰਮ੍ਰਿਤਸਰ ਵਿੱਚ ਇਹਨੇ ਕੋਈ ਸੈਟਿੰਗ ਲਾ ਕੇ ਅਤੇ ਉੱਥੇ ਪੇਪਰ ਦਵਾਇਆ ਇਹਦਾ, ਉੱਥੇ ਉਹਨੂੰ ਪਾਸ ਕਰਾਇਆ। ਉਸ ਤੋਂ ਬਾਅਦ ਪਤਾ ਨਹੀਂ ਕੀ ਗੱਲ ਹੋਈ, ਇਹ ਪ੍ਰੋਗਰਾਮ ਜਿਹੜਾ ਇੰਟਰਵਿਊ ਦਾ ਜਿਹੜਾ ਟ੍ਰੇਨਿੰਗ ਦਾ 1-2 ਮਹੀਨੇ ਚੱਲਦਾ ਰਿਹਾ। ਤਾਂ ਉਸ ਤੋਂ ਬਾਅਦ ਪਤਾ ਨਹੀਂ ਕੀ ਗੱਲ ਹੋਈ, ਕੀ ਬਾਤ ਹੋਈ, ਇਹਨੂੰ ਇੱਕ ਦਮ ਕਹਿੰਦਾ ਵੀ ਸਟੱਡੀ ਵੀਜ਼ਾ ਤਾਂ ਤੇਰਾ ਔਖਾ ਹੈ ਅਤੇ ਮੈਂ ਤੇਰਾ ਵੀ ਤੂੰ ਉੱਥੇ ਜਾ ਕੇ ਪੜ੍ਹਨਾ ਤਾਂ ਹੈ ਨਹੀਂ, ਅਤੇ ਵੀ ਤੂੰ ਤੈਨੂੰ ਵਰਕ ਪਰਮਿਟ 'ਤੇ ਭੇਜ ਦਿੰਦੇ ਹਾਂ। ਅਤੇ ਇਹ ਬੱਚਾ ਸੀਗਾ, ਇਹਨੇ ਆਪਣਾ ਜਿੰਨੀ ਕੁ ਸਮਝ ਸੀਗੀ ਇਹ ਮਤਲਬ ਕਿ ਉਸ ਉਹਦੇ ਝਾਂਸੇ 'ਚ ਆ ਗਿਆ ਵੀ ਚਲੋ ਵਰਕ ਪਰਮਿਟ ਮਿਲਦਾ। ਇਹਨੇ ਸਬਜ਼ ਬਾਗ ਦਿਖਾਏ ਗਏ, ਮੁਕਤਾ ਹੋਮ ਕੇਅਰ ਜਿਹੜਾ ਸਟੈਡਫਰਡ 'ਚ ਇਹ ਕੰਪਨੀ ਇਹਨੇ ਦਿਖਾਈ ਸੀਗੀ ਵੀ ਇਹਦੇ 'ਚ £22,000 ਸਾਲ ਦੀ ਇਹਨੂੰ ਤਨਖਾਹ ਮਿਲੇਗੀ ਔਰ ਬਜ਼ੁਰਗਾਂ ਦੀ ਇਹਨੇ ਕੇਅਰ ਕਰਨ ਵਾਸਤੇ ਇਹਦੀ ਜਿਹੜੀ ਜੋਬ ਹੋਏਗੀ। ਤਾਂ ਅਸੀਂ ਇਹਨੇ ਘਰ ਗੱਲ ਕੀਤੀ ਆਪਣੇ ਮਾਂ ਪਿਓ ਨਾਲ,
ਅਤੇ ਮਾਂ ਪਿਓ ਨੇ ਚਲੋ ਬੱਚੇ ਦੀ ਇੱਛਾ ਸੀਗੀ ਬਾਹਰ ਜਾਣ ਦੀ ਅਤੇ ਉਸ ਹਿਸਾਬ ਨਾਲ ਵੀ ਜਦੋਂ ਜੋਬ ਵੀ ਵਧੀਆ ਮਿਲ ਰਹੀ ਸੀ ਪੈਸੇ ਵੀ ਵਧੀਆ ਸੀਗੇ ਤਾਂ ਉਹਨੇ ਇਹਦਾ ਸੁਨਹਿਰੀ ਭਵਿੱਖ ਦੇਖਦੇ ਹੋਏ ਬੱਚੇ ਦਾ ਤਾਂ ਇਹਨੂੰ ਮਤਲਬ ਕਿ ਹਾਮੀ ਭਰਤੀ ਵੀ ਚਲੋ 25 ਲੱਖ ਰੁਪਈਆ ਨੀਰਜ ਭੱਲਾ ਨੇ ਜਿਹੜਾ ਮਾਈ ਵੀਜ਼ਾ ਪੁਆਇੰਟ ਦਾ ਮਾਲਕ ਹੈਗਾ ਉਹਨੇ ਮੰਗਿਆ ਸੀਗਾ ਤਾਂ ਉਹਦੇ ਨਾਲ ਤੈਅ ਹੋ ਗਿਆ ਉਹ 25 ਜੁਲਾਈ ਨੂੰ ਉਹਨੇ ਪ੍ਰੋਸੈਸ ਸ਼ੁਰੂ ਕਰਤਾ ਜਿਹੜਾ ਇਹਦਾ ਪ੍ਰੋਸੈਸ ਸ਼ੁਰੂ ਕਰਤਾ ਜੂਨ ਮਹੀਨੇ ਵਿੱਚ ਪ੍ਰੋਸੈਸ ਸ਼ੁਰੂ ਕੀਤਾ 15-20 ਦਿਨਾਂ ਵਿੱਚ ਹੀ ਵੀਜ਼ਾ ਆ ਗਿਆ ਉਹਨੇ ਫੋਨ ਕੀਤਾ ਵੀ ਕਿਉਂਕਿ ਉਹਨਾਂ ਨੇ ਵੀਜ਼ਾ ਵੀ ਆਪਣੇ ਐਡਰੈਸ 'ਤੇ ਮੰਗਾਇਆ ਮਾਈ ਵੀਜ਼ਾ ਪੁਆਇੰਟ ਵਾਲੇ ਨੇ ਉਹ ਪਾਸਪੋਰਟ ਜਿਹੜਾ ਮਾਈ ਵੀਜ਼ਾ ਪੁਆਇੰਟ ਵਾਲੇ ਕੋਲ ਆਇਆ ਤਾਂ ਉਹਨੇ ਹੀ ਜਾਣਕਾਰੀ ਦਿੱਤੀ ਵੀ ਤੁਹਾਡਾ ਵੀਜ਼ਾ ਆ ਚੁੱਕਿਆ ਅਤੇ ਬਾਕੀ ਦੀ ਪੇਮੈਂਟ ਲੈ ਕੇ ਆਓ ਅਤੇ ਆਪਣਾ ਵੀਜ਼ਾ ਲੈ ਕੇ ਇਹਨੂੰ ਉਸ ਟਾਈਮ ਉਸਨੇ ਕੁਛ ਨਹੀਂ ਦੱਸਿਆ ਵੀ ਕਦੋਂ ਜਾਣਾ ਹੈਗਾ ਚਲੋ ਉੱਥੇ ਆਏ ਪੈਸੇ ਲੈ ਕੇ ਪੈਸੇ ਵੀ ਉਹਨੇ ਨਗਦ ਰੂਪ ਵਿੱਚ ਮੰਗੇ ਇਹਨਾਂ ਦੇ ਸਾਰੇ ਪੈਸੇ ਵਾਈਟ ਸੀਗੇ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਕੋਲੋਂ ਸਾਕ ਸੰਬੰਧੀਆਂ ਕੋਲੋਂ ਇਹਨਾਂ ਦੇ ਕੁਛ ਪੈਸੇ ਸੀਗੇ ਆੜ੍ਹਤੀਆਂ ਕੋਲੋਂ ਲੈ ਲੂ ਕੇ ਅਤੇ ਇਹਨਾਂ ਨੇ ਸਾਰੀ ਜਿਹੜੀ ਵਾਈਟ ਮਨੀ ਸੀ ਉਹਨੂੰ ਇਹਨੂੰ ਨਗਦ ਦੇ ਰੂਪ ਵਿੱਚ ਇੱਥੇ ਦਿੱਤੀ ਕੁਛ ਜਿਹੜੀ ਹੈ ਵਾਈਟ 'ਚ ਦਿੱਤੀ ਸੀਗੀ ਅਤੇ ਇੱਦਾਂ ਕਰਕੇ ਇਹਨਾਂ ਨਾਲ ਮਤਲਬ ਕਿ 25 ਲੱਖ ਰੁਪਈਆ ਉਹਨੂੰ ਦਿੱਤਾ ਅਤੇ ਉਹਨੇ ਫਿਰ ਜਦੋਂ ਜਿਸ ਦਿਨ ਇਹਨੂੰ ਪੈਸੇ ਪੂਰੇ ਦੇ ਤੇ ਨੇ ਉਸ ਦੇ ਅਗਲੇ ਦਿਨ ਉਹਨੇ ਕਹਿ ਤਾ ਵੀ ਇਸ ਨੂੰ 31 ਜੁਲਾਈ ਨੂੰ ਉੱਥੇ ਪਹੁੰਚਣਾ ਹੀ ਪਹੁੰਚਣਾ ਪੈਣਾ ਇਹਨਾਂ ਨੇ ਆਪਣੇ ਮਹਾਰਾਜ ਦਾ ਓਟ ਆਸਰਾ ਲੈਣਾ ਸੀਗਾ ਖੰਡਪਾਠ ਸਾਹਿਬ ਰਖਾਉਣੇ ਸੀ ਘਰੇ ਹੋਰ ਚਾਈ ਇਹਨੂੰ ਕੋਈ ਸਕਿੱਲ ਸਿਖਾਉਣੀ ਸੀ 1-2 ਮਹੀਨੇ ਪਰ ਉਹਨੇ ਇੰਨਾ ਮਤਲਬ ਕਿ ਮੱਤ ਮਾਰਤੀ ਕਿ ਉਹਨੂੰ ਕਿਹਾ ਵੀ ਹੁਣੇ ਹੀ ਜਾਣਾ ਪਏਗਾ ਇਹਦੇ ਨਹੀਂ ਤਾਂ ਜੋਬ ਖਰਾਬ ਹੋ ਜਾਏਗੀ ਚਲੋ ਤੱਟੋ ਫੁੱਟੀ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਅਤੇ ਇਹ ਜਿਹੜਾ ਪਰਿਵਾਰ ਹੈਗਾ ਇਹਨਾਂ ਨੇ ਚਾਈ ਆਪਣੇ ਬੱਚੇ ਨੂੰ ਇੰਗਲੈਂਡ ਭੇਜਤਾ 30 ਤਰੀਕ ਨੂੰ ਪਹੁੰਚ ਗਿਆ ਉੱਥੇ ਉਸ ਤੋਂ ਬਾਅਦ ਉੱਥੇ 1 ਤਰੀਕ ਨੂੰ ਇਹਦੀ ਜੁਆਇਨਿੰਗ ਸੀਗੀ ਇਹ ਟੈਕਸੀ ਕਰਕੇ 100 ਪਾਉਂਡ ਦੀ ਟੈਕਸੀ ਹੋਈ ਇਹ ਟੈਕਸੀ ਕਰਕੇ ਉੱਥੇ ਗਿਆ ਅਤੇ ਉੱਥੇ ਦੇ ਜਦੋਂ ਦੇਖਿਆ ਤਾਂ ਇਹਦੇ ਪੈਰਾਂ ਥੱਲੋਂ ਜ਼ਮੀਨ ਲੱਥ ਗਈ ਵੀ ਜਿਹੜਾ ਉੱਥੇ ਕੋਈ ਉਹ ਕੰਪਨੀ ਉਸ ਮੁਕਤਾ ਹੋਮ ਕੇਅਰ ਨਾਂ ਦੀ ਕੋਈ ਕੰਪਨੀ ਨਹੀਂ ਸੀਗੀ ਉੱਥੇ ਇਹ ਬਹੁਤ ਪਰੇਸ਼ਾਨ ਹੋਇਆ ਮੈਨੂੰ ਵੀ ਫੋਨ ਆਏ ਘਰਦਿਆਂ ਨੂੰ ਫੋਨ ਆਏ ਮੈਂ ਨੀਰਜ ਭੱਲੇ ਨੂੰ ਮਿੰਨਤਾਂ ਕਰੀਆ ਵੀ ਮੇਰਾ ਭਾਂਜਾ ਹੈ ਇਹਨੂੰ ਨਾ ਪਰੇਸ਼ਾਨ ਕਰ ਇਹਨੂੰ ਕੰਪਨੀ ਵਾਲਿਆਂ ਨਾਲ ਗੱਲ ਕਰਕੇ ਜੋਬ ਦਵਾ ਪਰ ਉਸ ਬੰਦੇ ਨੇ 1.5-2 ਮਹੀਨੇ ਉਹਨੂੰ ਫੋਨ ਕਰਦੇ ਨੇ ਕੋਈ ਇਨਸਾਫ ਨਹੀਂ ਦਿੱਤਾ ਉਹਨੇ ਉਹਨੇ ਇਹਨੂੰ ਮਤਲਬ ਕਿ ਇੱਦਾਂ ਹੀ ਛੱਡਤਾ ਅਤੇ 1.5 ਮਹੀਨਾ ਇਹ ਖੱਜਲ ਖੁਆਰ ਹੋ ਕੇ ਘਰੋਂ ਪੈਸੇ ਮੰਗਾ ਕੇ 5 ਲੱਖ ਇਹਨੇ 1.5 ਮਹੀਨੇ ਵਿੱਚ ਘਰੋਂ ਮੰਗਾ ਕੇ ਅਤੇ ਆਪਣਾ ਗੁਜ਼ਾਰਾ ਕੀਤਾ ਔਰ ਫੈਸਲਾ ਇਹੀ ਪਰਿਵਾਰ 'ਚ ਬੈਠ ਕੇ ਕੀਤਾ ਗਿਆ ਵੀ ਇਹ ਤਾਂ ਹੋਰ ਮਤਲਬ ਕਿ ਪੈਸੇ ਬਰਬਾਦ ਹੋਣਗੇ ਇਸ ਕਰਕੇ ਇਹਨੂੰ ਕਿਉਂਕਿ ਉਹ BRP ਕਾਰਡ ਦੇ ਉੱਤੇ ਜਿਹੜਾ ਇਹਨੂੰ ਕਾਰਡ ਮਿਲਿਆ ਸੀ ਜਿਹਦੇ 'ਤੇ ਜਿਹੜਾ ਜੋਬ ਇਹ ਕਰ ਸਕਦਾ ਸੀਗਾ ਸਿਰਫ ਮੁਕਤਾ ਹੋਮ ਕੇਅਰ ਦੇ ਵਿੱਚ ਹੀ ਇਹ ਜੋਬ ਕਰ ਸਕਦਾ ਸੀ ਕਿਤੇ ਹੋਰ ਮਤਲਬ ਕਿ ਇਹ ਜੋਬ ਨਹੀਂ ਕਰ ਸਕਦਾ ਸੀ ਆਹ BRP ਕਾਰਡ ਮਿਲਦਾ ਉੱਥੇ ਇਹਦੇ 'ਤੇ ਵਰਕ ਪਰਮਿਟ ਹੁੰਦਾ ਉਹ ਇਹ ਉਸੇ ਕੰਪਨੀ ਦਾ ਹੀ ਜਿਹੜਾ ਮੁਕਤਾ ਹੋਮ ਕੇਅਰ ਕੰਪਨੀ 'ਚ ਹੀ ਕੰਮ ਕਰ ਸਕਦਾ ਸੀਗਾ ਹੋਰ ਕਿਤੇ ਨਹੀਂ ਕੰਮ ਕਰ ਸਕਦਾ ਉਸ ਨਾਂ ਦੀ ਉੱਥੇ ਕੋਈ ਕੰਪਨੀ ਨਹੀਂ ਸੀ ਇਹਨੂੰ ਬਾਰ ਬਾਰ ਆ ਕੇ ਬੇਨਤੀ ਕੀਤੀ ਗਈ ਮੇਰੇ ਵੱਲੋਂ ਵੀ ਇਹਨੂੰ ਮਤਲਬ ਕਿ ਬੱਚੇ ਨੂੰ ਜਿਹੜਾ ਪਰੇਸ਼ਾਨ ਹੋ ਗਿਆ ਕੋਈ ਮਾਨਸਿਕ ਪਰੇਸ਼ਾਨੀ ਹੋ ਜਾਏਗੀ ਪਰ ਉਸ ਬੰਦੇ ਨੇ ਕੋਈ ਤਰਸ ਨਹੀਂ ਕੀਤਾ ਅਤੇ ਇਸ ਬੱਚੇ ਨੂੰ ਅਸੀਂ ਵਾਪਸ ਮੰਗਾ ਲਿਆ ਇਹਨਾਂ ਦੇ ਪਰਿਵਾਰ ਦੀ ਹੁਣ ਕੀ ਹਾਲਤ ਹੈ ਪੈਸਾ ਇੰਨਾ ਖਰਚਣ ਤੋਂ ਬਾਅਦ ਇਹਨਾਂ ਦੀ ਤਾਂ ਬਹੁਤ ਹੀ ਹਾਲਤ ਮਾੜੀ ਹੋਈ ਪਈ ਹੈ ਇਹਨਾਂ ਦੇ ਇੱਕ ਜਵਾਨ ਲੜਕੀ ਹੈ ਉਹ ਸਿਲਾਈ ਕਢਾਈ ਦਾ ਟਿਊਸ਼ਨਾਂ ਦਾ ਕੰਮ ਕਰਦੀ ਹੈ ਵਿਚਾਰੀ ਇਹਨਾਂ ਦਾ ਘਰ ਦਾ ਗੁਜ਼ਾਰਾ ਇਸ ਟਾਈਮ ਇਸ ਤਰ੍ਹਾਂ ਚੱਲ ਰਿਹਾ ਹੈਗਾ ਅਤੇ ਇਹ ਬੱਚਾ ਹੁਣ ਇਹਨੂੰ ਅਸੀਂ ਇਹਦਾ ਮਾਨਸਿਕ ਪਰੇਸ਼ਾਨ ਨਾ ਹੋ ਜਾਵੇ ਇਹਨੂੰ ਕਿਸੇ AC ਮਕੈਨਿਕ ਦੇ ਕੋਲ ਕੰਮ 'ਤੇ ਲਵਾਇਆ ਹੈਗਾ ਅਤੇ ਤਾਂ ਕਿ ਬੱਚੇ ਆਪਣਾ ਮਤਲਬ ਕਿ ਪੈਰਾਂ 'ਤੇ ਖੜ੍ਹ ਸਕਣ ਅਤੇ ਪਰ ਇਸ ਬੰਦੇ ਨੇ ਬੇਤਰਸੀ ਵਾਲੀ ਗੱਲ ਕੀਤੀ ਹੈ ਇਹਨੂੰ ਕੋਈ ਤਰਸ ਨਹੀਂ ਆਇਆ ਅੱਜ ਅਸੀਂ ਦਰਖਾਸਤ ਪਹਿਲਾਂ ਫਾਜ਼ਿਲਕਾ ਵੀ ਦਿੱਤੀ ਸੀ
ਉੱਥੋਂ ਉਹਨਾਂ ਨੇ ਕਿਹਾ ਵੀ ਇਹ ਚੰਡੀਗੜ੍ਹ ਮਾਮਲਾ ਬਣਦਾ, ਅਸੀਂ ਚੰਡੀਗੜ੍ਹ ਪੁਲਿਸ 'ਚ ਅੱਜ 5ਵਾਂ ਮਹੀਨਾ ਹੋ ਗਿਆ ਸਾਨੂੰ ਇੱਥੇ ਦਰਖਾਸਤ ਦਿੱਤੀ ਨੂੰ। ਸਾਨੂੰ ਬਲਵਿੰਦਰ ਸਿੰਘ ਜਿਹੜੇ SI ਹੈਗੇ ਨੇ ਉਹ ਉਹਨਾਂ ਨੇ ਇੱਕ ਵਾਰੀ ਇਸ ਬੰਦੇ ਨੂੰ ਇੱਥੇ ਆਫਿਸ 'ਚ ਬੁਲਾ ਕੇ ਸਾਡੇ ਸਾਹਮਣੇ ਨਹੀਂ ਕੀਤਾ, ਨਾ ਹੀ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਔਰ ਅੱਜ ਅਸੀਂ ਹਾਰ ਕੇ ਥੱਕ ਹਾਰ ਕੇ ਸਾਰਾ ਪਰਿਵਾਰ ਆਏ ਸੀਗੇ, ਅਸੀਂ ਗੁਰਮੁਖ ਸਿੰਘ ਜਿਹੜੇ DSP ਸਾਹਿਬ ਹੈ ਉਹਨਾਂ ਨੂੰ ਮਿਲੇ ਹਾਂ, ਉਹਨਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਸਾਡੀ ਗੱਲ ਸੁਣੀ ਹੈ। ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ 2 ਦਿਨਾਂ ਵਿੱਚ ਤੁਹਾਨੂੰ ਜਾਂ ਤਾਂ ਇਸ ਬੰਦੇ ਨਾਲ ਮੀਟਿੰਗ ਕਰਾਈ ਜਾਵੇਗੀ ਜਾਂ ਇਸ 'ਤੇ ਪਰਚਾ ਦਰਜ ਕਰਕੇ ਇਸ ਨੂੰ ਸਲਾਖਾਂ ਪਿੱਛੇ ਕੀਤਾ ਜਾਏਗਾ, ਤੁਹਾਨੂੰ ਇਨਸਾਫ਼ ਦਵਾਇਆ ਜਾਏਗਾ। ਬਿਲਕੁਲ ਠੀਕ ਹੈ। ਸੋ ਨੀਰਜ ਭੱਲਾ, ਜਿਵੇਂ ਬੌਬੀ ਕੰਬੋਜ ਉਹਨਾਂ ਨੇ ਦੱਸਿਆ ਹੈਗਾ ਵੀ ਉਹ ਸ਼ਖਸ ਹੈ ਜਿਹੜਾ ਚੰਡੀਗੜ੍ਹ ਦੇ ਵਿੱਚ ਇਹ ਕੰਮ ਕਰਦਾ ਆ ਰਿਹਾ, ਅਤੇ ਆਪਾਂ ਬਿਲਕੁਲ ਕਾਲ ਵੀ ਲਾਵਾਂਗੇ ਨੀਰਜ ਭੱਲੇ ਨੂੰ, ਤਾਂ ਇਸ ਬਾਰੇ ਕਹਿਣਾ ਕੀ ਹੈ? ਸੋ ਨੀਰਜ ਭੱਲੇ ਨੂੰ ਅਸੀਂ ਕਾਲ ਲਾਉਣ ਜਾ ਰਹੇ ਹਾਂ, ਉਹਨਾਂ 'ਤੇ ਜਿਹੜੇ ਦੋਸ਼ ਹੈਗੇ ਨੇ ਇਸ ਬਾਰੇ। ਨਿਊਜ਼ ਚੈਨਲ ਭੱਲਾ ਲਿਖਿਆ ਆ ਰਿਹਾ ਇਹਨਾਂ ਦਾ ਸੋਸ਼ਲ ਮੀਡੀਆ 'ਤੇ, ਆਪਾਂ ਦੇਖੀਏ ਤਾਂ। ਇੱਕ ਨੰਬਰ ਜਿਹੜਾ ਇਹਨਾਂ ਦਾ ਉਹ ਬੰਦ ਆ ਰਿਹਾ, 6697600007। ਦੂਜਾ ਨੰਬਰ ਜਿਹੜਾ ਆਪਾਂ ਇਹਨਾਂ ਦਾ ਲਾਉਣ ਲੱਗੇ ਹਾਂ 82643। ਇੱਕ ਮਿੰਟ ਰੁਕੋ ਜੀ, ਦੂਜਾ ਨੰਬਰ ਹੈਗਾ ਜੀ 82643 37000। ਲਓ ਜੀ ਇਹ ਦੂਜਾ ਨੰਬਰ ਹੈ, ਇਸ 'ਤੇ ਘੰਟੀ ਜਿਹੜਾ ਜਾ ਰਹੀ ਹੈਗੀ ਹੈ। ਇੱਕ ਨੰਬਰ ਬੰਦ ਆਇਆ, ਦੂਸਰੇ ਨੂੰ ਅਸੀਂ ਕਾਲ ਲਾ ਰਹੇ ਹਾਂ। ਸੋ 30 ਲੱਖ ਰੁਪਏ ਇਸ ਪਰਿਵਾਰ ਦੇ, ਜੋ ਦੱਸਿਆ ਜਾ ਰਿਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਪਰਿਵਾਰ ਹੈ ਇਹ। 25 ਲੱਖ ਦਾ ਏਜੰਟ ਨਹੀਂ ਲੈ ਲਏ, ਔਰ ਜਦੋਂ ਮੁੰਡਾ UK ਪਹੁੰਚਦਾ ਇੱਥੇ ਉਹਨੂੰ ਲੈਟਰ ਦੇ ਕੇ ਭੇਜਿਆ ਜਾਂਦਾ ਤੇਰੀ ਨੌਕਰੀ ਲੱਗ ਗਈ ਹੈ, ਆਪਣਾ ਬਜ਼ੁਰਗਾਂ ਦੀ ਸੰਭਾਲ ਕਰਨੀ ਹੋਏਗੀ। ਫੋਨ ਚੁੱਕਿਆ ਨਹੀਂ ਗਿਆ। ਸੋ ਇੱਕ ਵਾਰੀ ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਜੀ, ਦੂਜੇ ਨੰਬਰ 'ਤੇ ਲਾ ਰਹੇ ਹਾਂ ਇੱਕ ਵਾਰੀ ਫਿਰ। ਇੱਕ ਨੰਬਰ ਸਵਿੱਚ ਆਫ ਆ ਰਿਹਾ, ਇੱਕ ਵਾਰ ਫਿਰ ਦੂਜਾ ਨੰਬਰ ਜਿਹੜਾ ਹੈਗਾ ਅਸੀਂ ਇਹਨਾਂ ਦਾ ਲਾਵਾਂਗੇ, ਨੀਰਜ ਭੱਲਾ ਉਹਨਾਂ ਦਾ, 22 ਸੈਕਟਰ ਚੰਡੀਗੜ੍ਹ ਦੇ ਵਿੱਚ SC 3132 ਇਮੀਗ੍ਰੇਸ਼ਨ ਕਾਰੋਬਾਰੀ ਹੈਗੇ ਨੇ। ਦੁਬਾਰਾ ਘੰਟੀ ਲਾਈ ਹੈ ਆਪਾਂ, ਘੰਟੀ ਜਾ ਰਹੀ ਹੈ, ਫੋਨ ਕੀਤਾ, ਕਹਿਣਾ ਕੀ ਇਹਨਾਂ ਦਾ ਇਸ ਬਾਰੇ ਕਿ ਇਹਨਾਂ 'ਤੇ ਜੋ ਦੋਸ਼ ਲੱਗ ਰਹੇ ਨੇ ਇਹਨਾਂ ਖਿਲਾਫ਼ ਕੰਪਲੇਂਟ ਚੱਲ ਰਹੀ ਹੈ ਚੰਡੀਗੜ੍ਹ ਪੁਲਿਸ ਕੋਲ। 25 ਲੱਖ ਰੁਪਏ ਅਸੀਮ ਜਈਆ ਦੇ ਇਹ ਲੈ ਕੇ UK ਭੇਜਦੇ ਨੇ, UK ਪਹੁੰਚ ਕੇ ਪਤਾ ਲੱਗਦਾ ਜੀ ਉਹ ਕੰਪਨੀ ਹੀ ਮੌਜੂਦ ਨਹੀਂ ਹੈ ਜਿਹਦੇ 'ਚ ਇਹਨਾਂ ਨੂੰ ਨੌਕਰੀ ਲਵਾਈ ਗਈ ਹੈ। ਸੋ ਘੰਟੀ ਲਗਾਤਾਰ ਜਾ ਰਹੀ ਹੈ, ਇੱਕ ਫੋਨ ਸਵਿੱਚ ਆਫ ਆ ਰਿਹਾ, ਦੂਜਾ ਚੁੱਕਿਆ ਨਹੀਂ ਜਾ ਰਿਹਾ। ਦਾਅਵਾ ਕੀਤਾ ਚੰਡੀਗੜ੍ਹ ਪੁਲਿਸ ਦੇ ਡਿਪਟੀ SP ਗੁਰਮੁਖ ਸਿੰਘ ਉਹਨਾਂ ਨੇ, DSP ਸੈਂਟਰਲ ਨੇ, ਕਿ 2 ਦਿਨਾਂ ਦੇ ਵਿੱਚ ਜਾਂ ਤਾਂ ਉਹਨੂੰ ਥਾਣੇ ਬੁਲਾ ਕੇ ਪੁੱਛਿਆ ਜਾਏਗਾ, ਸੱਦਿਆ ਜਾਏਗਾ, ਪਾਰਟੀ ਦੇ ਸਾਹਮਣੇ ਕਰਾਇਆ ਜਾਏਗਾ ਜਾਂ ਫਿਰ ਪਰਚਾ ਦੇ ਦਿੱਤਾ ਜਾਏਗਾ। 5 ਮਹੀਨੇ ਹੋ ਗਏ ਇਨਸਾਫ ਉਡੀਕਦਿਆਂ ਨੂੰ, ਕਿੰਨੀ ਕੁ ਛੇਤੀ ਮਿਲਦਾ ਦੇਖਣਾ ਬਾਕੀ ਹੈ। ਹੋਰ ਨਵੀਆਂ ਅਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ। ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ, ਧੰਨਵਾਦ।